ਅਕਾਲ ਜੀ ਮੈਂ ਹਰਜਿੰਦਰ ਸਿੰਘ ਚਾਚੀ ਕਰੂਨੀ ਪੰਜਾਬੀ ਟੀਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦਾ ਅੱਜ ਅਸੀਂ ਆਏ ਹਾਂ ਸਾਹਨੇਵਾਲ ਦੇ ਡੇਲੋ ਰੋਡ ਤੇ ਜੋ ਇੰਡੀਗਲ ਇੰਡਸਟਰੀ ਕਰੂਨੀ ਕਟਿੰਗੀਆਂ ਨੇ ਜਿਨ੍ਹਾਂ ਵਿੱਚ ਕੋਈ ਵੀ ਸੀਵਰੇਜ ਦਾ ਪ੍ਰਬੰਧ ਨਹੀਂ ਹੈ ਜੋ ਕਿ ਹਰ ਇੱਕ ਫੈਕਟਰੀ ਵਿੱਚ ਤਕਰੀਬਨ 50 ਤੋਂ 100 150 200 250 ਬੰਦਾ ਵਰਕਰ ਕੰਮ ਕਰ ਰਿਹਾ ਪਰ ਉਹਨਾਂ ਦੀ ਪਾਣੀ ਦੀ ਨਿਕਾਸੀ ਕਿੱਥੇ ਜਾ ਰਹੀ ਹੈ ਇਸ ਪਾਸੇ ਸਰਕਾਰ ਦਾ ਅਤੇ ਇਸ ਸੰਬੰਧਿਤ ਮਹਿਕਮੇ ਦਾ ਕਿਸੇ ਦਾ ਵੀ ਇਸ ਵੱਲ ਕੋਈ ਧਿਆਨ ਨਹੀਂ ਹੈ ਇਹ ਤੁਹਾਨੂੰ ਅਸੀਂ ਤਸਵੀਰਾਂ ਵਿੱਚ ਦਿਖਾ ਰਹੇ ਹਾਂ ਜਿਵੇਂ ਹਰ ਫੈਕਟਰੀ ਦੇ ਵਿੱਚ ਫੈਕਟਰੀ ਦੇ ਕੋਈ ਵਿੱਚ ਕਰਦਾ ਕੋਈ ਫੈਕਟਰੀ ਦੇ ਬਾਹਰ ਕਰ ਰਿਹਾ 30-35 ਫੁੱਟ ਡੂੰਘੀਆਂ ਖੂਹੀਆਂ ਪੱਟ ਕੇ ਉਸ ਵਿੱਚ ਦੂਸ਼ਿਤ ਪਾਣੀ ਪਾ ਰਹੇ ਨੇ ਜਿਸ ਵਿੱਚ ਪੀਣ ਵਾਲੇ ਪਾਣੀ ਦੀ ਜੋ ਧਰਤੀ ਹੇਠ ਦਾ ਪੀਣ ਵਾਲਾ ਪਾਣੀ ਆ ਉਹ ਜੋ ਦੂਸ਼ਿਤ ਹੋ ਰਿਹਾ ਹੈ ਜਿਸ ਨਾਲ ਇਲਾਕੇ ਵਿੱਚ ਭਿਆਨਕ ਬਿਮਾਰੀਆਂ ਫੈਲਣ ਦਾ ਖਤਰਾ ਬਣਿਆ ਹੈ ਇਹ ਹੁਣ ਦੇਖਦੇ ਹਾਂ ਇਸ ਸੰਬੰਧ ਵਿੱਚ ਕੋਈ ਸੰਬੰਧਿਤ ਮਹਿਕਮਾ ਕੀ ਕਾਰਵਾਈ ਕਰਦਾ ਇਸ ਬਾਰੇ ਪ੍ਰਦੂਸ਼ਣ ਬੋਰਡ ਦੇ ਅਧਿਕਾਰੀਆਂ ਨਾਲ ਵੀ ਗੱਲਬਾਤ ਕਰਾਂਗੇ ਕਿ ਇਸ ਵੱਲ ਪ੍ਰਦੂਸ਼ਣ ਬੋਰਡ ਦੇ ਅਧਿਕਾਰੀਆਂ ਦਾ ਕੋਈ ਧਿਆਨ ਹੈ ਜਾਂ ਇਸ ਨੂੰ ਜਾਣ ਬੁੱਝ ਕੇ ਅਣਗੌਲਿਆ ਜਾਂ ਅਣਦੇਖਿਆ ਕੀਤਾ ਜਾ ਰਿਹਾ ਹੈ ਇਸ ਸੰਬੰਧੀ ਅਸੀਂ ਪ੍ਰਦੂਸ਼ਣ ਬੋਰਡ ਦੇ ਅਧਿਕਾਰੀਆਂ ਨਾਲ ਵੀ ਗੱਲਬਾਤ ਕਰਾਂਗੇ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਵੀ ਕਿਸ ਤਰੀਕੇ ਨਾਲ ਰੋਡ ਦੇ ਉੱਪਰ ਦੂਸ਼ਿਤ ਪਾਣੀ ਧਰਤੀ ਵਿੱਚ ਪਾਇਆ ਜਾ ਰਿਹਾ ਹੈ ਜਿਸ ਨਾਲ ਧਰਤੀ ਹੇਠ ਦਾ ਪੀਣ ਵਾਲਾ ਪਾਣੀ ਵਿੱਚ ਬਹੁਤ ਜ਼ਿਆਦਾ ਦੂਸ਼ਿਤ ਹੋ ਰਿਹਾ ਹੈ ਜਿਸ ਨਾਲ ਇਲਾਕੇ ਵਿੱਚ ਭਿਆਨਕ ਬਿਮਾਰੀਆਂ ਫੈਲਣ ਦਾ ਖਤਰਾ ਹੈ ਕੀ ਬਣਾ ਰਹੇ ਨੇ ਇਹ ਮਤਲਬ ਖੂਹੀਆਂ ਨੇ ਪਲੱਸ ਦੀ ਬੱਚੀ ਥੱਲੇ ਤੱਕ ਧਰਤੀ ਪਾ ਰਹੇ ਨੇ ਹਾਂਜੀ ਹਾਂ ਸਭ ਥੱਲੇ ਪਾਣੀ ਜਾਂਦਾ ਕਿੰਨੇ ਫੁੱਟ ਡੂੰਗਾ ਮੇਰਾ ਕਹਿੰਦਾ 30 ਫੁੱਟ ਡੂੰਗਾ ਇਹ ਕਿਹੜੀ ਕੰਪਨੀ ਹੈ ਜੀ ਇਹ ਆਹ ਬੋਰਡ ਲੱਗਾ ਸਾਹਮਣੇ ਅੱਛਾ ਜੀ ਇਹ ਇੱਦਾਂ ਥੱਲੇ ਦਾ ਪਾਣੀ ਪਾਣੀ ਹੈ ਦੂਸਰਾ ਪਾਣੀ ਤਾਂ ਪਾਣੀ ਪੀਣ ਨਾਲ ਹੀ ਖਰਾਬ ਹੋ ਰਿਹਾ ਆਪਣੇ ਇਲਾਕੇ ਦਾ ਨਹੀਂ ਸਰ ਪਾਣੀ ਉੱਥੇ ਤੱਕ ਨਹੀਂ ਜਾਂਦਾ ਨਹੀਂ ਆਹ ਖੂਹੀ ਵਿੱਚੋਂ ਰੇਤਾ ਕੱਢਿਆ ਗਿਆ ਹਾਂਜੀ ਹਾਂਜੀ ਇਹ ਉੱਥੇ ਤੱਕ ਨਹੀਂ ਜਾਂਦਾ ਪਾਣੀ ਦੂਰ ਹੈ ਨਹੀਂ ਆਹ ਦੇਖੋ ਰੇਤਾ ਜਾ ਰਿਹਾ ਰੇਤੇ ਦੇ ਵਿੱਚ ਜਿਹੜਾ ਬਾਰਿਸ਼ ਦਾ ਪਾਣੀ ਉਹ ਸਾਡਾ ਲੈਦਾ ਕਰੇ ਹੋਏ ਨੇ ਬੋਰ ਜਿਹੜਾ ਇਹ ਪਾਣੀ ਉਹ ਲੈਦਾ ਨਹੀਂ ਇਹ ਪਾਣੀ ਐਡਾ ਤੁਸੀਂ ਪੱਟ ਸਕਦੇ ਆ ਕੋਈ ਮਨਜ਼ੂਰੀ ਲਈ ਆ ਪ੍ਰੋਫੈਸ਼ਨਲ ਬੋਰਡ ਤੋਂ ਸਰ ਮੈਂ ਤਾਂ ਗਾਰਡ ਹੀ ਹਾਂ ਅੱਛਾ ਜੀ ਮੈਨੂੰ ਨਹੀਂ ਇਹਦੇ ਬਾਰੇ ਇੰਨੀ ਨੌਲੇਜ ਮੈਂ ਤਾਂ ਨਹੀਂ ਕਰਦਾ ਕੀ ਨਾਮ ਆ ਮਾਲਕਾਂ ਦਾ ਜੀ ਮਾਲਕਾਂ ਦਾ ਅਮਰਜੀਤ ਸਿੰਘ ਅੱਛਾ ਕਿੱਥੇ ਰਹਿਣ ਵਾਲੇ ਨੇ ਪਾਵਰ ਪੁਆਇੰਟ ਫੈਕਟਰੀ ਆ ਉਹਨਾਂ ਦੇ ਆਉਣ ਵਾਲੇ ਹੀ ਨੇ ਵੈਸੇ ਤਾਂ ਠੀਕ ਹੈ ਜੀ ਇਹ ਤੁਸੀਂ ਆਹ ਖੂਹੀਆਂ ਵੱਟ ਰਹੇ ਹੋ ਬਾਹਰ ਇੱਥੇ ਇਹਦੀ ਕੋਈ ਪਰਮਿਸ਼ਨ ਪ੍ਰੋਡਕਸ਼ਨ ਬੋਰਡ ਤੋਂ ਲਈ ਹੀ ਆ ਇਹ ਕਿੰਨੀਆਂ ਡੂੰਘੀਆਂ ਵੱਟ ਰਹੇ ਹਾਂ ਇਹ ਜੀ 20 ਜਾਂ 25 ਦੇ ਵਿੱਚ ਵਿੱਚ ਕਢਾਉਂਗੇ ਅਲਗਰ ਕੱਲ ਮੈਨੂੰ 35 ਕਹਿੰਦੇ ਸੀ ਨਾ ਨਾ ਜਾਂਦੀ ਨਹੀਂ ਜਦੋਂ ਦੁਕਾਨ ਮਿੱਟੀ ਗਿਰ ਗਈ ਆ ਜਿਹੜਾ ਰੇਤਾ ਬਾਹਰ ਕੱਢਿਆ ਰੇਤਾ ਕਿੰਨੇ ਫੁੱਟ ਤੇ 20 ਫੁੱਟ ਤੇ ਆ ਗਿਆ ਇਹ ਰੇਤਾ ਜੀ ਹੋਇਆ ਆਪਣੇ ਹੈਲੋ ਅਮਰਜੀਤ ਸਿੰਘ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਹਰਜਿੰਦਰ ਜੱਜ ਬੋਲ ਰਹੇ ਪੱਤਰਕਾਰ ਸਤਿ ਸ੍ਰੀ ਅਕਾਲ ਜੀ ਹਾਂਜੀ ਸਰ ਆਪਣੇ ਜਿਹੜੀ ਸਟੀਲ ਟੈਕ ਇੰਡੀਆ ਆਪਣੀ ਹੈ ਇੱਥੇ ਮੇਦਪੁਰ ਹਾਂਜੀ ਹੁਕਮ ਕਰੋ ਜੀ ਇਹ ਤੁਸੀਂ ਆ ਬਾਹਰ ਖੂਹੀਆਂ ਵੱਟ ਰਹੇ ਹੋ ਜੀ ਗਰਕਣੀਆਂ ਬਿਲਕੁਲ ਵੱਟ ਰਹੇ ਹਾਂ ਜੀ ਇਹ ਤੁਸੀਂ ਕੋਈ ਮਨਜ਼ੂਰੀ ਲਈ ਆ ਮੈਂ ਕਿਵੇਂ ਤੋਂ ਪੱਟ ਸਕਦੇ ਹੋ ਤਾਂ ਇਹ ਲੀਗਲ ਆ ਜਾਂ ਇਲੀਗਲ ਆ ਜਿਹੜੇ ਕਲੋਨੀ ਵਾਲੇ ਹੈਗੇ ਨੇ ਜੀ ਉਹਨਾਂ ਨਾਲ ਗੱਲ ਕਰ ਲਓ ਤੁਸੀਂ ਕਲੋਨੀ ਵਾਲਿਆਂ ਦਾ ਹੁਣ ਜਗ੍ਹਾ ਦੇ ਦਿੱਤੀ ਉਹ ਵੱਖਰੀ ਗੱਲ ਫੈਕਟਰੀ ਬਣਾਓ ਜੋ ਮਰਜ਼ੀ ਕਰੋ ਇਹ ਅਸੀਂ ਤਾਂ ਸਿਰਫ ਇਹ ਦੇਖਦੇ ਵੀ ਇਹ ਤੁਸੀਂ ਪਾਣੀ ਥੱਲੇ ਧਰਤੀ ਪਾ ਸਕਦੇ ਹੋ ਜਾਂ ਨਹੀਂ ਪਾ ਸਕਦੇ ਇਦਾਂ ਇੱਦਾਂ ਹੈਗਾ ਜਿਹੜੇ ਸੰਦੀਪ ਬਾਊ ਜੀ ਹੈਗੇ ਨਾ ਗਣਪਤੀ ਵਾਲੇ ਉਹ ਕੀ ਕਰਦੇ ਨੇ ਇਹਦੇ ਚ ਨਹੀਂ ਉਹ ਗੱਲ ਛੱਡ ਨਾਲ ਗੱਲ ਕਰ ਲਓ ਤੁਸੀਂ ਇਹ ਗੱਲ ਤੁਸੀਂ ਛੋਟੀ ਫੈਕਟਰੀ ਵਾਲੇ ਤੁਸੀਂ ਇਹ ਦੱਸੋ ਵੀ ਇਦਾਂ ਪਾ ਸਕਦੇ ਆ ਪਾਉਣਾ ਇਹ ਜਿਹੜਾ ਇੱਕ ਜੋ ਕਾਨੂੰਨੀ ਆ ਗਲਤ ਆ ਜਾਂ ਸਹੀ ਆ ਨਹੀਂ ਇਦਾਂ ਹੈਗਾ ਸਾਨੂੰ ਨਹੀਂ ਇਹਦੇ ਬਾਰੇ ਪਤਾ ਹੈਗਾ ਕੁਝ ਵੀ ਤੁਸੀਂ ਉਹਨਾਂ ਨਾਲ ਗੱਲ ਕਰ ਲਓ ਡਿਸਕਸ ਕਰ ਲਓ ਠੀਕ ਹੈ ਜੀ ਤੇ ਮੇਰੇ ਖਿਆਲ ਦੇ ਨਾਲ ਸਾਰੇ ਸ਼ਹਿਰ 'ਚ ਹਰ ਜਗ੍ਹਾ ਖੂਹੀਆਂ ਹੀ ਨੇ ਸੀਵਰੇਜ ਪਵਾ ਦਿਓ ਤੁਸੀਂ ਸਾਨੂੰ ਕੋਈ ਦਿੱਕਤ ਨਹੀਂ ਅਸੀਂ ਥੋੜ੍ਹਾ ਪਾਉਣਾ ਅਸੀਂ ਕੌਣ ਹੁੰਦੇ ਸੀਵਰੇਜ ਪਾਉਣ ਵਾਲੇ ਨਹੀਂ ਮੈਂ ਉਹੀ ਤੁਹਾਨੂੰ ਕਹਿਣਾ ਨਾ ਜੇ ਤੁਹਾਨੂੰ ਪ੍ਰੋਬਲਮ ਲੱਗਦੀ ਆ ਕੋਈ ਸਾਨੂੰ ਤਾਂ ਪ੍ਰੋਬਲਮ ਲੱਗਦੀ ਆ ਇਲਾਕੇ ਦੇ ਵਿੱਚ ਪਾਣੀ ਦੂਸ਼ਿਤ ਹੋ ਰਿਹਾ ਬਿਮਾਰੀਆਂ ਫੈਲ ਰਹੀਆਂ ਨੇ ਇਹਦੇ ਵਿੱਚ ਤੁਸੀਂ ਇਹ ਤੁਹਾਨੂੰ ਪੁੱਛ ਰਿਹਾ ਤੁਸੀਂ ਪਾ ਸਕਦੇ ਹੋ ਇਹ ਜਿਹੜਾ ਪਾਉਣਾ ਜ਼ਰੂਰ ਇਹ ਤੁਹਾਡਾ ਕਾਨੂੰਨੀ ਆ ਜਾਂ ਗਲਤ ਆ ਜਾਂ ਸਹੀ ਆ ਕਾਨੂੰਨੀ ਵਾਲੇ ਸਾਹਮਣੇ ਬੈਠੇ ਨੇ ਉਹਨਾਂ ਨਾਲ ਗੱਲ ਕਰ ਲਓ ਚਲੋ ਤੁਹਾਡਾ ਕਹਿਣਾ ਵੀ ਤੁਸੀਂ ਸਹੀ ਕੰਮ ਕਰ ਰਹੇ ਹੋ ਜੋ ਕਰ ਰਹੇ ਹੋ ਮੈਂ ਕੁਛ ਨਹੀਂ ਕਹਿ ਰਿਹਾ ਤੁਹਾਨੂੰ ਮੈਂ ਕਹਿੰਦਾ ਉਹਨਾਂ ਨਾਲ ਗੱਲ ਕਰ ਲਓ ਤੁਸੀਂ ਜਾ ਕੇ ਉਹਨਾਂ ਨਾਲ ਹੀ ਗੱਲ ਕਰਨੀ ਅਸੀਂ ਕੰਮ ਤੁਸੀਂ ਕਰਾ ਰਹੇ ਹੋ ਉਹਨਾਂ ਨਾਲ ਹੀ ਗੱਲ ਕਰਨੀ ਯਾਰ ਸਮਝੇ ਨਹੀਂ ਹੈਗੇ ਹਾਂਜੀ ਮੈਂ ਕਹਿੰਦਾ ਤੁਸੀਂ ਗੱਲ ਕਰ ਲਓ ਉਹਨਾਂ ਨਾਲ ਜਾ ਕੇ ਸਾਰੇ ਇਲਾਕੇ ਉਹਨਾਂ ਨਾਲ ਅਸੀਂ ਗੱਲ ਕਰਦੇ ਆ ਉਹਨਾਂ ਨੇ ਕਹਿੰਦਾ ਯਾਨੀ ਅਸੀਂ ਤਾਂ ਕਲੋਨੀ ਕੱਟੀ ਆ ਪਲਾਟ ਵੇਚੇ ਆ ਵੀ ਉਹ ਤੋਂ ਬਾਅਦ ਚ ਜੋ ਮਰਜ਼ੀ ਕਰੇਗਾ ਉਹਨਾਂ ਨੇ ਪੁੱਛੋ ਕਰ ਕਾਨੂੰਨੀ ਕੰਮ ਕੀਤੇ ਨੇ ਉਹਨਾਂ ਨੇ ਪੁੱਛ ਲਓ ਉਹਨਾਂ ਚਲੋ ਉਹ ਤਾਂ ਤੁਸੀਂ ਜਗ੍ਹਾ ਲੈਣ ਤੋਂ ਪਹਿਲਾਂ ਪੁੱਛਣਾ ਸੀ ਨਾ ਇਹ ਅਸੀਂ ਜਿਹੜਾ ਪੁੱਛਣਾ ਤੁਸੀਂ ਜਗ੍ਹਾ ਲਈ ਮੈਂ ਤੁਹਾਡੇ ਨਾਲ ਬਹਿਸ ਨਹੀਂ ਕਰਨੀ ਚਲੋ ਬਹਿਸ ਤਾਂ ਮੈਂ ਵੀ ਨਹੀਂ ਕਰਦਾ ਇਹ ਮੈਂ ਤੁਹਾਨੂੰ ਇਹ ਪੁੱਛ ਰਿਹਾ ਵੀ ਜੋ ਕਰ ਰਹੇ ਆ ਸਹੀ ਆਪ ਦੇਖੋ ਸਰ ਮੇਰੀ ਗੱਲ ਸੁਣੋ ਆਪਾਂ ਤੁਹਾਨੂੰ ਇਹ ਪੁੱਛ ਰਿਹਾ ਵੀ ਤੁਸੀਂ ਨਦਾਨ ਬੰਦੇ ਹੈਗੇ ਆ ਸਾਨੂੰ ਕੀ ਪਤਾ ਹੈਗਾ ਦੁਨੀਆਦਾਰੀ ਦਾ ਅੱਛਾ ਜੀ ਹਾਂ ਤੁਸੀਂ ਗੱਲ ਕਰ ਲਓ ਉਹਨਾਂ ਨਾਲ ਇੱਕ ਵਾਰ ਡਿਸਕਸ ਕਰ ਲਓ ਮਸਲਾ ਜੋ ਵੀ ਆ ਚਲੋ ਕੋਈ ਨਹੀਂ ਅਸੀਂ ਪ੍ਰਦੂਸ਼ਣ ਬੋਰਡ ਨਾਲ ਹੀ ਗੱਲ ਕਰਾਂਗੇ ਉਹਨਾਂ ਨਾਲ ਹੀ ਗੱਲ ਕਰਨੀ ਆ ਠੀਕ ਹੈ ਸਰ ਠੀਕ ਹੈ ਹੈਲੋ ਪਟੇਲ ਸਤਿ ਸ਼੍ਰੀ ਅਕਾਲ ਜੀ ਹਾਂਜੀ ਜੀ ਸਤਿ ਸ਼੍ਰੀ ਅਕਾਲ ਜੀ ਹਰਜਿੰਦਰ ਜੱਜ ਬੋਲ ਰਹੇ ਪੱਤਰਕਾਰ ਆ
ਹਾਂਜੀ ਬੋਲੋ ਜੀ, ਕੀ ਹਾਲ ਹੈ? ਠੀਕ ਠਾਕ ਜੀ, ਵਧੀਆ ਸਰ। ਸਰ ਆਪਣੇ ਇੱਧਰ ਸਾਹਨੇ ਵਾਲ ਤੋਂ ਡਿੱਲੋ ਰੋਡ ਪੈ ਜਾਂਦਾ, ਟਿੱਬਾ ਨਹਿਰ ਪੈ ਜਾਂਦੀ ਹੈ ਇੱਕ, ਸਾਹਨੇ ਵਾਲ ਤੋਂ ਡਿੱਲੋ ਰੋਡ ਤੱਕ ਟਿੱਬੇ ਵਾਲੀ ਨਹਿਰ ਪੈਂਦੀ ਹੈ ਇੱਕ। ਹਾਂ ਹਾਂ, ਉਦੋਂ ਪਿੱਛੇ ਪਿੱਛੇ ਐਕਸੀਜਨ ਕਿਹੜੇ ਬੈਠ ਕਿਹਨਾਂ ਦਾ ਰੱਖਿਆ ਪੈਂਦਾ ਐਕਸੀਜਨ ਦਾ? ਜਿਹੜਾ ਸਾਹਨੇ ਵਾਲ ਤੋਂ ਟਿੱਬਾ ਤੋਂ ਜਿਹੜੀ ਜਾਂਦੀ ਨਹਿਰ ਤੱਕ ਮੇਕੋ ਏਰੀਆ, ਉਹ ਤੋਂ ਅੱਗੇ ਦੂਜੇ ਦਫ਼ਤਰ ਆਪਣੇ ਕੁਲਦੀਪ ਸਿੰਘ ਦੀ ਐਕਸੀਜਨ ਸਾਹਿਬ ਹੈਗੀ ਆ। ਅੱਛਾ, ਉਸ ਤੱਕ ਮੇਕੋ ਆ। ਅੱਛਾ, ਟਿੱਬੇ ਤੱਕ ਤੁਹਾਡੇ ਕੋਲ ਹੈ ਜੀ? ਹਾਂਜੀ ਹਾਂਜੀ, ਇੰਡਸਟਰੀ ਕਲੋਨੀ ਬਣੀ ਹੋਈਆਂ ਨੇ। ਇੰਡਸਟਰੀ ਦਾ ਕੀ ਆ? ਇੰਡਸਟਰੀ ਕਲੋਨੀਆਂ ਬਣੀਆਂ ਹੋਈਆਂ ਨੇ। ਹਾਂ ਹਾਂ, ਬਣੀਆਂ ਹੋਈਆਂ। ਉਹਦੇ ਵਿੱਚ ਸੀਵਰੇਜ ਦਾ ਕੋਈ ਪ੍ਰਬੰਧ ਨਹੀਂ ਹੈਗਾ। ਅੱਛਾ, ਤੇ ਉਹ ਡਿੱਗ ਪੱਟ ਪੱਟ ਕੇ ਥੱਲੇ 35-40 ਫੁੱਟ ਟੋਆ ਪੜ ਦਿੰਦੇ ਆ, ਉਹਦੇ ਵਿੱਚ ਜਿਹੜਾ ਦੂਸ਼ਿਤ ਪਾਣੀ ਪਾਉਂਦੇ ਨੇ, ਉਹ ਇੱਦਾਂ ਪਾ ਸਕਦੇ ਨੇ? ਨਹੀਂ, ਐਸਾ ਜੋ ਮੇਰੇ ਨੌਲੇਜ ਨਹੀਂ, ਦੱਸੋ ਕਿਹੜਾ ਆਪਾਂ ਚੈੱਕ ਕਰਾ ਦਿੰਦੇ ਆ। ਹੈਗੀਆਂ ਸਾਰੀ ਜਿਹੜੀ ਕਲੋਨੀ, ਜਿਹੜੀ ਮਰਜ਼ੀ ਫੈਕਟਰੀ ਆ ਵੜੋ ਜੀ। ਅੱਛਾ, ਇਹੀ ਹਾਲ ਆ ਸਾਰਿਆਂ ਦਾ? ਜੇ ਉਹਨਾਂ ਨੂੰ ਕਹਿੰਦੇ ਆ, ਉਹ ਕਹਿੰਦੇ ਸਾਨੂੰ ਇਹ ਵੀ ਦੂਆ ਸਾਨੂੰ ਸੀਵਰੇਜ ਪਾ ਕੇ ਦੇ ਦਿਓ। ਅੱਛਾ, ਵੀ ਅਸੀਂ ਨਹੀਂ ਪਾਉਂਦੇ। ਇੰਡਸਟਰੀ ਕਲੋਨੀ ਕਿਹੜੀ ਹੋਵੇ? ਐਸਾ ਇਹਨਾਂ ਨੇ ਬਾਅਦ ਚ ਕਾਰਪੋਰੇਸ਼ਨ ਨੇ ਇੰਡਸਟਰੀ ਏਰੀਆ ਡਿਕਲੇਅਰ ਕਰ ਦਿੱਤਾ, ਕਲੋਨੀ ਤਾਂ ਐਸਾ ਕੋਈ ਨਹੀਂ ਕੱਟੀ, ਇੰਡਸਟਰੀ ਜ਼ੋਨ ਡਿਕਲੇਅਰ ਕੀਤੀ ਹੋਈ ਹੈ ਸਾਰੀ। ਉਹ ਇੰਡਸਟਰੀ ਕਲੋਨੀ ਕੱਟੀਆਂ, ਫੈਕਟਰੀਆਂ ਬਣੀਆਂ ਹੋਈਆਂ ਨੇ। ਹਰੇਕ ਫੈਕਟਰੀ 'ਚ ਕੋਈ 50 ਬੰਦਾ, 100 ਬੰਦਾ, 200 ਬੰਦਾ ਲੇਬਰ ਦਾ ਕੰਮ ਕਰਦਾ। ਉਹਦੇ ਵਿੱਚ ਕਈਆਂ 'ਚ ਕੈਮੀਕਲ ਵਾਲਾ ਪਾਣੀ ਵੀ, ਉਹ ਕੈਮੀਕਲ ਵਾਲਾ ਪਾਣੀ ਵੀ ਥੱਲੇ ਜਾਂਦਾ। ਕਈਆਂ ਵਿੱਚ ਜੋ ਲੇਬਰ ਕੰਮ ਕਰਦੀ ਆ, ਉਹਨਾਂ ਦਾ ਜਿਹੜਾ ਜੋ ਵੀ ਹੈਗਾ ਆਪਣੇ ਇਹ ਵਿੱਚੋਂ ਪਾਣੀ ਹੁੰਦਾ ਸਾਰਾ, ਉਹ ਸਾਰਾ ਥੱਲੇ ਧਰਤੀ 'ਚ ਪਾਉਂਦੇ ਨੇ। ਉਹ ਥੱਲੇ ਪੀਣ ਵਾਲਾ ਪਾਣੀ ਖਰਾਬ ਹੋ ਰਿਹਾ, ਉਹ ਤਾਂ ਇਲਾਕੇ ਦਾ ਫਿਰ ਬਿਮਾਰੀਆਂ ਫੈਲਣ ਦਾ ਖਤਰਾ। ਉਹਦੇ ਉੱਪਰ ਕੀ ਕਾਰਵਾਈ ਕਰਦੇ ਆ ਜੀ ਆਮ ਜੀ? ਨਹੀਂ, ਮੈਂ ਤੁਹਾਨੂੰ ਦੱਸਦਾ, ਇੱਕ ਤਾਂ ਜਿਹੜੀ ਇੱਧਰਲੇ ਪਾਸੇ ਸੀਵਰ ਨਹੀਂ ਪਿਆ ਹੋਇਆ, ਕਿਉਂਕਿ ਇਹ ਕਮੇਟੀ ਦੀ ਹੱਦ ਤੋਂ ਬਾਹਰ ਪੈਂਦਾ ਏਰੀਆ, ਸੀਵਰ ਨਹੀਂ ਪਿਆ ਹੋਇਆ ਕਾਰਪੋਰੇਸ਼ਨ ਵੱਲੋਂ। ਇਹਨਾਂ ਇੰਡਸਟਰੀਆਂ ਨੇ ਜਿਹਨਾਂ ਨੇ ਵੀ ਕੋਈ ਤੇਜ਼ਾਬ ਦਾ ਕੰਮ ਕਰਦੇ ਆ, ਉਹ ਜ਼ਿਆਦਾ ਉਹਨਾਂ ਨੂੰ ਆਪਣਾ ਇੱਥੇ ਏਜੰਸੀ ਆ, ਉਹਨਾਂ ਨੂੰ ਚੁਕਾਉਂਦੇ ਆ, ਲਿਫਟ ਕਰਵਾਉਂਦੇ ਆ, ਗੱਡੀਆਂ ਆਉਂਦੀਆਂ ਉਹਨਾਂ ਤੋਂ ਲਿਫਟ ਹੁੰਦੀ ਆ। ਅਦਰਵਾਈਜ਼ ਇਹਨਾਂ ਨੂੰ ਸਾਰਿਆਂ ਨੂੰ ਦੂਜਾ ਜਿਹੜਾ ਪਾਣੀ ਹੁੰਦਾ ਆਮ, ਜਿਹੜਾ ਵਾਸ਼ਰੂਮ ਦਾ ਜਾਂ ਡੋਮੈਸਟਿਕ ਪਾਣੀ ਹੁੰਦਾ, ਉਹਦੇ ਵਾਸਤੇ ਇਹਨਾਂ ਨੇ ਪਲਾਂਟੇਸ਼ਨ ਪ੍ਰੋਵਾਈਡ ਕਰਨੀ ਹੁੰਦੀ ਹੈ ਇੰਡਸਟਰੀਆਂ ਨੇ। ਠੀਕ ਹੈ ਜੀ, ਉੱਥੇ ਪ੍ਰੋਵਾਈਡ ਕਰਕੇ ਟੈਂਕ ਬਣਾ ਕੇ, ਪੱਕੇ ਟੈਂਕ ਬਣਾ ਕੇ ਉੱਥੇ ਡਿਸਚਾਰਜ ਕਰਨ, ਜੇ ਕੋਈ ਇੰਡਸਟਰੀ ਕੋਈ ਗਲਤ ਕਰ ਰਹੀ ਹੈ ਕੋਈ। ਠੀਕ ਹੈ, ਮੈਂ ਮੰਨ ਗਿਆ ਤੁਹਾਡੀ ਗੱਲ, ਪੱਕੇ ਟੈਂਕ ਬਣਾ ਕੇ ਤਾਂ ਕਰ ਸਕਦਾ, ਲੇਕਿਨ ਕੱਚੇ ਟੈਂਕ ਬਣਾ ਕੇ ਨਹੀਂ ਕਰ ਸਕਦਾ, ਥੱਲੇ ਕੱਚਾ ਰੱਖ ਕੇ ਇਹ ਨਹੀਂ ਕਰ ਸਕਦੇ, ਬਿਲਕੁਲ ਨਹੀਂ ਕਰ ਸਕਦੇ, ਇਲੀਗਲ ਹੈ ਜੀ। ਉਹ ਕਰ ਰਹੇ ਨੇ ਜੀ, ਉਹ ਕਹਿੰਦੇ ਵੀ ਅਸੀਂ ਹੁਣ ਕਰੀਏ ਕੀ, ਕਹਿੰਦੇ ਸਾਨੂੰ ਸਾਡੇ ਕੋਲ ਹੱਲ ਕੀ ਹੈ ਜੀ, ਇਹਦੇ ਉੱਪਰ ਕੀ ਕਾਰਵਾਈ ਕਰਦੇ ਹੋ ਤੁਸੀਂ? ਕੱਲ ਵੀ ਕਰਾਂਗੇ ਅਸੀਂ, ਅੱਗੇ ਉੱਪਰ ਰਿਪੋਰਟ ਭੇਜਾਂਗੇ ਹਾਇਰ ਅਥਾਰਟੀ ਨੂੰ, ਤੁਸੀਂ ਦੱਸੋ ਕਿਹੜਾ ਹੈਗਾ, ਕੋਈ ਚੈੱਕ ਕਰਾ ਲੈਣੇ। ਕੋਈ ਨਹੀਂ, ਲੋਕੇਸ਼ਨ ਭੇਜ ਦਿੰਦੇ ਮੈਂ ਤੁਹਾਨੂੰ ਪੂਰਾ। ਸਰ ਆਪਣਾ ਪੂਰਾ ਨਾਮ ਕੀ ਹੈ ਜੀ? ਹਰਵਿੰਦਰ ਭੱਟੀ। ਹਰਵਿੰਦਰ ਭੱਟੀ, ਤਾਜ਼ੀਆਂ ਤਾਜ਼ੀਆਂ ਖਬਰਾਂ ਸੁਣਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਬਟਨ ਦਬਾਉਣਾ ਨਾ ਭੁੱਲੋ, ਅਤੇ ਵੀਡੀਓ ਨੂੰ ਲਾਈਕ, ਕਮੈਂਟ ਐਂਡ ਸ਼ੇਅਰ ਜ਼ਰੂਰ।